This is Brand Max Network India and you are watching News India. ਸਤਿ ਸ਼੍ਰੀ ਅਕਾਲ, ਮੈਂ ਪ੍ਰਿਯੰਕਾ ਜੈਨ, ਸਵਾਗਤ ਹੈ ਨਿਊਜ਼ ਇੰਡੀਆ ਨਾਓ ਵਿੱਚ ਤੇ ਵੇਲਾ ਹੋ ਚੱਲਿਆ ਅੱਜ ਦੀ ਇਸ ਖਬਰ ਦਾ। ਕਿਹਾ ਜਾਂਦਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਤੇ ਦੇਸ਼ ਦੀ 60% ਜਨਤਾ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ ਤੇ ਕਿਸਾਨਾਂ ਦੇ ਬਿੱਲ ਨੂੰ ਲੈ ਕੇ ਜੋ ਦੇਸ਼ ਵਿੱਚ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ CITG ਅਤੇ ਮਜ਼ਦੂਰ ਸੰਗਠਨਾਂ ਵੱਲੋਂ ਪੰਜਾਬ ਵਿੱਚ 1 ਘੰਟੇ ਲਈ ਕੀਤਾ ਗਿਆ ਚੱਕਾ ਜਾਮ। ਖੇਤੀ ਕਾਨੂੰਨ ਬਿੱਲ ਦੇ ਖਿਲਾਫ਼ ਜੋ ਸੜਕਾਂ ਅਤੇ ਰੇਲ ਟਰੈਕਾਂ 'ਤੇ ਜਾਮ ਲੱਗੇ ਹੋਏ ਸੀ ਉਹਨਾਂ ਦੇ ਸਮਰਥਨ ਵਿੱਚ CITG ਅਤੇ ਮਜ਼ਦੂਰ ਸੰਗਠਨਾਂ ਵੱਲੋਂ ਸਾਰੇ ਪੰਜਾਬ ਵਿੱਚ 1 ਘੰਟੇ ਦਾ ਜਾਮ ਲਗਾਇਆ ਗਿਆ ਜੋ ਕਿ ਸਫਲ ਰਿਹਾ। ਜਲੰਧਰ ਵਿੱਚ ਇਹ ਜਾਮ ਫਿਲੌਰ ਵਿੱਚ ਲਗਾਇਆ ਗਿਆ ਅਤੇ ਕਿਹਾ ਗਿਆ ਕਿ ਕਿਸਾਨਾਂ ਦੇ ਪੂਰਾ ਤਰੀਕੇ ਨਾਲ ਸਮਰਥਨ ਦਿੱਤਾ ਜਾਵੇਗਾ। ਜੇਕਰ ਇਹ ਕਿਸਾਨ ਹੀ ਖੁਸ਼ ਨਾ ਰਿਹਾ ਤਾਂ ਦੇਸ਼ ਦਾ ਭਲਾ ਨਹੀਂ ਹੋ ਪਾਵੇਗਾ। ਇਹ ਮੋਦੀ ਸਰਕਾਰ ਨੇ ਜੋ ਦੇਸ਼ ਨੂੰ ਵੇਚਣਾ ਸ਼ੁਰੂ ਕੀਤਾ ਹੈ ਉਹ ਗਲਤ ਹੈ। ਪਬਲਿਕ ਸੈਕਟਰ ਅਤੇ ਅੰਬਾਨੀਆਂ ਦੇ ਕਬਜ਼ੇ ਵਿੱਚ ਹੋ ਰਹੇ ਨੇ। ਕੰਮ ਕਰਨ ਦਾ ਜਿਹੜਾ ਸਮਾਂ 8 ਘੰਟੇ ਦਾ ਸੀ ਉਹ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਹੈ ਜੋ ਕਿ ਨਾਇਨਸਾਫ਼ੀ ਹੈ। ਆਉਣ ਵਾਲੇ ਸਮੇਂ 'ਤੇ ਲੋਕਾਂ ਦੇ ਹੋਰ ਰੋਜ਼ਗਾਰ ਜਾਣਗੇ, ਯੁਵਾ ਪੀੜ੍ਹੀ ਨੂੰ ਨੌਕਰੀਆਂ ਨਹੀਂ ਮਿਲਣਗੀਆਂ। ਇਸ ਲਈ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਤਾਂ ਕਿ ਜੇਕਰ ਕਿਸਾਨ ਸੁਰੱਖਿਅਤ ਰਹੇਗਾ ਤਾਂ ਦੇਸ਼ ਦੇ ਬਾਕੀ ਸੈਕਟਰ ਵੀ ਸੁਰੱਖਿਅਤ ਰਹਿਣਗੇ। ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ 26 ਨਵੰਬਰ ਨੂੰ ਇੱਕ ਵਾਰ ਫਿਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮਰਥਨ ਲਈ ਚੱਕਾ ਜਾਮ ਕੀਤਾ ਜਾਵੇਗਾ। ਦੇ ਟਰੈਕਾਂ 'ਤੇ ਤਾਂ ਜਾਮ ਲੱਗੇ ਹੋ ਸੀ, ਧਰਨੇ ਲੱਗੇ ਹੋ ਸੀ, ਉਹਨਾਂ ਦੇ ਸਮਰਥਨ ਵਿੱਚ CITG ਵੱਲੋਂ ਸਾਰੇ ਪੰਜਾਬ 'ਚ ਮਜ਼ਦੂਰਾਂ ਮੁਲਾਜ਼ਮਾਂ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਲਈ 1 ਘੰਟੇ ਦਾ ਜਾਮ ਲਾਇਆ ਔਰ ਸਾਰੇ ਪੰਜਾਬ 'ਚ ਇਹ ਜਾਮ ਸਫਲ ਹੋਏ ਆ। ਜਲੰਧਰ ਵਿੱਚ ਫਲੌਰ ਅਤੇ ਇੱਥੇ ਅਸੀਂ ਇਹ ਆਪਣੀ ਕਾਰਵਾਈ ਕੀਤੀ ਆ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਡੋਲਣ ਤੋਂ ਨਹੀਂ ਦਿੱਤਾ ਜਾਊਗਾ। ਕਿਸਾਨਾਂ ਦੇ ਅੰਦੋਲਨ ਦੀ ਪੂਰੀ ਤਰ੍ਹਾਂ ਸਮਰਥਨ CITU ਕਰਦੀ ਆ ਔਰ ਮਜ਼ਦੂਰਾਂ ਦਾ ਅਤੇ ਕਿਸਾਨਾਂ ਦਾ ਨੌ ਮਾਸ ਦਾ ਰਿਸ਼ਤਾ ਆ, ਕਿਉਂਕਿ ਕਿਸਾਨਾਂ ਤੋਂ ਬਿਨਾਂ ਸਾਡਾ ਦੇਸ਼ ਅਧੂਰਾ ਆ। 60% ਵੱਸੋਂ ਜਿਹੜੀ ਆ ਉਹਦਾ ਰੁਜ਼ਗਾਰ ਕਿਸਾਨਾਂ ਸਿਰ 'ਤੇ ਚੱਲਦਾ ਆ ਔਰ ਕਿਸਾਨਾਂ ਸਿਰ 'ਤੇ ਹੀ ਸਾਰੀ ਪ੍ਰਚੂਨ ਵਪਾਰ, ਛੋਟੇ ਛੋਟੇ ਧੰਦੇ, ਟੈਂਪੂ, ਟਰੱਕ ਜੋ ਵੀ ਚੱਲਦਾ ਉਹ ਕਿਸਾਨਾਂ ਸਿਰ 'ਤੇ ਚੱਲਦਾ। ਇਸ ਕਰਕੇ ਕਿਸਾਨਾਂ ਦੀ ਜੇਕਰ ਆਪਣੀ ਖਰੀਦ ਸ਼ਕਤੀ ਘੱਟ ਗਈ ਸਾਰੇ ਦੇਸ਼ ਦੇ ਵਿੱਚ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਔਰ ਮੋਦੀ ਸਰਕਾਰ ਨੇ ਦੇਸ਼ ਨੂੰ ਵੇਚਣਾ ਸ਼ੁਰੂ ਕੀਤਾ ਆ ਔਰ ਰੇਲਵੇ ਵੇਚ ਦਿੱਤੀ ਆ, ਕੋਲਾ ਖਾਨਾ ਵੇਚ ਦਿੱਤੀਆਂ, ਭਾਰਤ ਪੈਟਰੋਲੀਅਮ ਵੇਚ ਦਿੱਤਾ, ਜਿੰਨਾ ਵੀ ਪਬਲਿਕ ਸੈਕਟਰ ਸੀ ਇੱਕ ਇੱਕ ਕਰਕੇ ਉੱਥੇ ਅਡਾਨੀਆਂ ਅਤੇ ਅੰਬਾਨੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ। ਮਜ਼ਦੂਰਾਂ ਦੇ ਜੋ ਟ੍ਰੇਡ ਯੂਨੀਅਨ ਹੱਕ ਸੀ 43 ਕਾਨੂੰਨ ਸੀ ਉਹ 3 ਛੱਡ ਕੇ ਬਾਕੀ ਸਾਰੇ ਜਿਹੜੇ ਆ ਉਹਨਾਂ ਨੂੰ ਖਤਮ ਕਰਤਾ ਗਿਆ। ਇਸੇ ਤਰ੍ਹਾਂ ਹੀ 8 ਘੰਟੇ ਡਿਊਟੀ ਜਿਹੜੀ ਸੀ ਉਹਨੂੰ 12 ਕਰਤਾ ਗਿਆ। ਇਹਦੇ ਨਾਲ ਰੁਜ਼ਗਾਰ ਹੋਰ ਖੁੱਸਣਗੇ, ਲੋਕਾਂ ਦੀਆਂ ਨੌਕਰੀਆਂ ਹੋਰ ਜਾਣਗੀਆਂ, ਸਰਕਾਰੀ ਮਹਿਕਮਿਆਂ ਦੇ ਵਿੱਚ ਰੁਜ਼ਗਾਰ ਲੋਕਾਂ ਦੇ ਬੰਦ ਹੋ ਗਏ ਆ, ਪਬਲਿਕ ਸੈਕਟਰ 'ਚ ਜੋ ਨੌਕਰੀਆਂ ਮਿਲਦੀਆਂ ਸੀ ਉਹ ਵੀ ਸਾਰੀਆਂ ਬੰਦ ਹੋ ਜਾਣਗੀਆਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਨੌਜਵਾਨ ਜਿਹੜੇ ਆ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਤੂਫਾਨ ਉੱਠੇਗਾ, ਕਿਉਂਕਿ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਮਜ਼ਦੂਰਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਜਿਹਦੇ ਕਰਕੇ ਅਸੀਂ ਇਹ ਕਿਸਾਨਾਂ ਦੀ ਜਿਹੜੀ ਆ ਇਹ ਅੰਦੋਲਨ ਆ ਇਹਦੀ ਪੁਰਜ਼ੋਰ ਹਮਾਇਤ ਕਰਦੇ ਹਾਂ, ਪੂਰੀ ਸਪੋਰਟ ਕਰਦੇ ਹਾਂ ਤਾਂ ਕਿ ਕਿਸਾਨੀ ਜਿਹੜੀ ਆ ਉਹ ਬਚ ਜਾਵੇ ਦੇਸ਼ ਦੀ ਅਤੇ ਦੇਸ਼ ਦੇ ਸਾਰੇ ਜਿਹੜੇ ਨਾਲ ਜੁੜਵੇਂ ਰੁਜ਼ਗਾਰ ਆ ਉਹ ਵੀ ਬਚ ਜਾਣਗੇ, ਨੌਕਰੀਆਂ ਵੀ ਬਚ ਜਾਣਗੀਆਂ, ਮਜ਼ਦੂਰਾਂ ਦੇ ਕੰਮ ਵੀ ਚੱਲਦੇ ਰਹਿਣਗੇ, ਫੈਕਟਰੀਆਂ ਵੀ ਚੱਲਦੀਆਂ ਰਹਿਣਗੀਆਂ, ਕੱਪੜੇ ਦੀਆਂ ਫੈਕਟਰੀਆਂ, ਆਟੋਮੋਬਾਈਲ ਦੀਆਂ ਫੈਕਟਰੀਆਂ ਸਾਰੀਆਂ ਹੀ ਇਹਦੇ ਨਾਲ ਸੰਬੰਧਿਤ ਆ। ਸੋ ਅਸੀਂ ਅੱਜ ਕਿਸਾਨਾਂ ਦੇ ਇਸ ਅੰਦੋਲਨ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ ਔਰ ਆਉਣ ਵਾਲੇ ਸਮੇਂ 'ਚ 26 ਅਕਤੂਬਰ ਨੂੰ ਦੇਸ਼ ਭਗਤ ਹਾਲ 'ਚ ਵੱਡੀ ਅਸੀਂ ਕਨਵੈਨਸ਼ਨ ਕਰ ਰਹੇ ਹਾਂ, ਉਸ ਤੋਂ ਬਾਅਦ 26 ਨਵੰਬਰ ਨੂੰ ਸਾਰੇ ਦੇਸ਼ ਦੇ ਚੱਕਾ ਜਾਮ ਕਰਾਂਗੇ। ਰੇਲਵੇ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਹਰ ਜਿਹੜਾ ਪਬਲਿਕ ਸੈਕਟਰ ਦਾ ਅਦਾਰਾ ਆ ਉਹ 26 ਨਵੰਬਰ ਨੂੰ ਬੰਦ ਹੋਊਗਾ ਕਿਸਾਨਾਂ ਦੇ ਸਮਰਥਨ 'ਚ, ਪਲੱਸ ਜੋ ਮਜ਼ਦੂਰਾਂ ਦੇ ਜੋ ਟ੍ਰੇਡ ਯੂਨੀਅਨ ਹੱਕ ਹੋਏ ਆ ਔਰ 8 ਘੰਟੇ ਦੀ 12 ਘੰਟੇ ਕੀਤੀ ਆ, ਇਹਨੂੰ ਸਾਰੇ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮਰਥਨ ਦੇ ਨਾਲ ਅਸੀਂ ਇਹਦੇ ਖਿਲਾਫ਼ ਜੰਗ ਮੋਦੀ ਨੇ ਛੇੜੀ ਆ ਅਤੇ ਜੰਗ ਦਾ ਜਵਾਬ ਅਸੀਂ ਵੀ ਜੰਗ ਨਾਲ ਦੇਵਾਂਗੇ ਔਰ ਜਿੱਤ ਜਿਹੜੀ ਆ ਲੋਕਾਂ ਦੀ ਹੋਏਗੀ। ਮੋਦੀ ਸਰਕਾਰ ਜਿਹੜੀ ਇਜਾਰੇਦਾਰ ਘਰਾਣਿਆਂ ਨੂੰ ਲਾਭ ਦੇਣਾ ਚਾਹੁੰਦੀ ਆ ਉਹ ਹਾਰੇਗੀ, ਹਾਰੇਗੀ। ਦੇਵੀ ਮਾਂ ਦੇ ਕਦਮ ਤੁਹਾਡੇ ਸਭ ਦੇ ਘਰ ਦੇ ਵਿੱਚ ਹਨ। ਸੁੱਖ ਸ਼ਾਂਤੀ ਅਤੇ ਸਮ੍ਰਿੱਧੀ ਦੀ ਮੰਗਲ ਕਾਮਨਾਵਾਂ ਦੇ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਿਊਜ਼ ਇੰਡੀਆ ਨਾਓ ਵੱਲੋਂ ਨਵਰਾਤਰੀ ਦੀ ਲੱਖ ਲੱਖ ਵਧਾਈ। ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ। ਧੰਨਵਾਦ।